ਦੇਖੋ ਜਿਹੜੀ ਇਹ ਕੰਟਰੋਵਰਸੀ ਅਨਫਾਰਚੂਨੇਟਲੀ ਸ਼ੁਰੂ ਹੋਈ ਆ, ਇਹ ਅਨਵਾਰੰਟਿਡ ਆ ਟੋਟਲੀ, ਤੋਂ ਮੈਂ ਸਮਝਦਾ ਅਨਵਾਰੰਟਿਡ ਇਨ ਦੀ ਸੈਂਸ, ਕਿਉਂਕਿ ਨਾ ਤਾਂ ਉਸਨੇ ਇਹ ਗੱਲ ਕਹੀ ਹੈ ਹਰਜੀਤ ਸਿੰਘ ਨੇ, ਡਿਫੈਂਸ ਮਿਨਿਸਟਰ ਨੇ, ਵੀ ਮੈਂ ਉੱਥੇ ਜਾਣਾ, ਮੈਂ ਮਿਲਣਾ ਕੈਪਟਨ ਸਾਹਿਬ ਨੂੰ, ਉਹਨੇ ਕੋਈ ਇਸ ਕਿਸਮ ਦੀ ਸਟੇਟਮੈਂਟ ਨਹੀਂ ਦਿੱਤੀ। ਸਿਰਫ ਇਹੀ ਇਨਫੋਰਮੇਸ਼ਨ ਆਈ ਆ ਵੀ ਹੀ ਇਜ਼ ਵਿਜ਼ਿਟਿੰਗ ਇੰਡੀਆ, ਔਰ ਉਸ ਦੀ ਰਿਸਪੋਂਸ ਦੇ ਉੱਤੇ ਅਨਨੈਸੈਸਰੀ, ਅਨਵਾਂਟਿਡ, ਅਨਡਿਜ਼ਾਇਰੇਬਲ ਤਰੀਕੇ ਦੇ ਨਾਲ ਉਸ ਨੂੰ ਕੋਸਿਆ ਜਾ ਰਿਹਾ, ਕੰਡੈਮ ਕੀਤਾ ਜਾ ਰਿਹਾ, ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਔਰ ਡੱਬ ਕੀਤਾ ਜਾ ਰਿਹਾ। ਤੋ ਇਸ ਚੀਜ਼ ਦੇ ਉੱਤੇ ਸਾਡੇ ਮਨ ਦੇ ਵਿੱਚ ਬੜਾ ਰੋਸ ਆ ਵੀ ਇਹ ਇੱਕ ਵਨ ਸਾਈਡਿਡ ਕਿਸਮ ਦਾ ਅਟੈਕ ਆ ਫਰੋਮ ਕੈਪਟਨ ਅਮਰਿੰਦਰ ਸਿੰਘ ਔਨ ਦੈਟ ਫੈਲੋ ਹੂ ਇਜ਼ ਇਨੋਸੈਂਟ ਇਨ ਦਿਸ ਟੋਟਲ ਕੰਟਰੋਵਰਸੀ। ਜਿੱਥੋਂ ਤੱਕ ਇਹ ਗੱਲ ਆ, ਉਸਨੇ ਆਪਣੇ ਇੱਕ ਵੀ ਮਨ 'ਚ ਕੱਲ੍ਹ ਵੀ ਉਸਦੀ ਸਟੇਟਮੈਂਟ ਆ, ਅੱਜ ਵੀ ਉਸਦੀ ਇੰਟਰਵਿਊ ਆ, ਪ੍ਰੋਬਲੀ ਹਿੰਦੁਸਤਾਨ ਟਾਈਮਜ਼ ਡਿਟੇਲਡ ਇੰਟਰਵਿਊ ਆ, ਉਸਨੇ ਕਿਸੇ ਸਟੇਜ 'ਤੇ ਗੱਲ ਨਹੀਂ ਕਹੀ ਵੀ ਮੈਂ ਫਲਾਨਾ ਆਦਮੀ ਹਾਂ, ਮੈਂ ਤਿਨਕਾ ਆਦਮੀ ਹਾਂ, ਮੇਰੀ ਆਹ ਹਮਦਰਦੀ ਆ। ਉਹ ਸਿਰਫ ਡਿਫੈਂਸ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰ ਰਿਹਾ ਕਰਸਪੋਂਡੈਂਟ ਦੇ ਨਾਲ, ਤੋ ਉਸ ਨੂੰ ਅਨਨੈਸੈਸਰੀ ਘੜੀਸਿਆ ਜਾ ਰਿਹਾ ਔਰ ਉਸ ਦੇ ਨਾਲ ਮਤਲਬ ਇੱਕ ਕਮਿਊਨਿਟੀ ਦੇ ਸੈਂਟੀਮੈਂਟਸ ਨੂੰ ਹਰਟ ਕੀਤਾ ਜਾ ਰਿਹਾ। ਹੀ ਹੈਜ਼ ਟ੍ਰਮੈਂਡਸ ਰਿਸਪੈਕਟ ਇਨ ਦਾ ਸਿੱਖ ਕਮਿਊਨਿਟੀ ਇਨ ਕੈਨੇਡਾ, ਇਨ ਅਮੈਰੀਕਾ ਐਂਡ ਆਲਸੋ ਇਨ ਇੰਡੀਆ। ਹੀ ਇਜ਼ ਅ ਜੈਂਟਲਮੈਨ, ਸ਼ਰੀਫ ਆਦਮੀ ਆ ਔਰ ਬੜੀ ਗਾਰਡਿਡ ਗੱਲ ਕਰਦਾ ਉਹ, ਔਰ ਉਸ ਦੇ ਉੱਤੇ ਕੰਟਰੋਵਰਸੀ ਥੋਪ ਕੇ ਉਸ ਨੂੰ ਇਨਵੋਲਵ ਕਰਨਾ, ਮਤਲਬ ਇਟ ਇਜ਼ ਵੈਰੀ ਅਨਡਿਜ਼ਾਇਰੇਬਲ, ਇਟ ਇਜ਼ ਅਨਨੈਸੈਸਰੀ, ਇਟਸ ਨੋਟ ਐਪਰੀਸ਼ੀਏਟਿਡ। ਕਿਸੇ ਸੇਨ ਆਦਮੀ ਵੀ ਇਸ ਚੀਜ਼ ਨੂੰ ਐਪਰੀਸ਼ੀਏਟ ਨਹੀਂ ਕਰੇਗਾ। ਔਰ ਅਸੀਂ ਰਿਕੁਐਸਟ ਕਰਦੇ ਹਾਂ ਕਿ ਕੈਪਟਨ ਸਾਹਿਬ ਥੋੜ੍ਹੀ ਜਿਹੀ ਕੰਸਟੇਂਟ ਵਰਤਣ ਆਪਣੀ ਜੋ ਵੀ ਲੈਂਗੁਏਜ ਦੇ ਉੱਤੇ, ਜਾਂ ਐਵੇਂ ਅਨਨੈਸੈਸਰੀ ਕੰਟਰੋਵਰਸੀਜ਼ ਕ੍ਰੀਏਟ ਕਰਨ ਦੀ ਜ਼ਰੂਰਤ ਨਹੀਂ। ਹੀ ਸ਼ੁੱਡ ਫੋਕਸ ਇਜ਼ ਅਟੈਨਸ਼ਨ ਔਨ ਡਿਵੈਲਪਮੈਂਟ ਆਫ ਪੰਜਾਬ। ਪੰਜਾਬ ਇੱਕ ਬਹੁਤ ਵੱਡੇ ਕ੍ਰਾਈਸਿਸ ਦੇ ਵਿੱਚ ਨਿਕਲਿਆ ਔਰ ਪੰਜਾਬ ਨੇ ਇੱਕ ਉਮੀਦ ਦੇ ਨਾਲ ਉਹਨਾਂ ਨੂੰ ਵੋਟ ਪਾਈ ਆ ਔਰ ਉਹ ਵੀ ਐਕਸਪੈਕਟੇਸ਼ਨ ਆ ਪੰਜਾਬ ਦੇ ਲੋਕਾਂ ਦੀ। ਹੀ ਸ਼ੁੱਡ ਫੋਕਸ ਇਜ਼ ਅਟੈਨਸ਼ਨ ਐਂਡ ਐਨਰਜੀ ਔਨ ਦੀ ਡਿਵੈਲਪਮੈਂਟ ਆਫ ਪੰਜਾਬ। ਇਸ ਚੀਜ਼ ਦੇ ਤਾਂ ਲਿਆਉਣ ਦੀ ਲੋੜ ਹੀ ਨਹੀਂ। ਇਹਦਾ ਮਤਲਬ ਤਾਂ ਇਹ ਆ ਵੀ ਡਿਵੈਲਪਮੈਂਟ ਉਹਨਾਂ ਦੇ ਹੱਥੋਂ ਨਿਕਲਦੀ ਜਾ ਰਹੀ ਹੈ, ਪ੍ਰੋਮਿਸਿਸ ਦੇ ਹੀ ਹੈਜ਼ ਮੇਡ, ਲੇਕਿਨ ਉਹ ਪ੍ਰੋਮਿਸਿਸ ਪੂਰੇ ਨਹੀਂ ਹੁੰਦੇ ਲੱਗਦੇ। ਔਰ ਇਹ ਅਨਨੈਸੈਸਰੀ ਕਿਸੇ ਅਟੈਨਸ਼ਨ ਲੋਕਾਂ ਦੀ ਡਾਇਵਰਟ ਕਰਨ ਦੇ ਲਈ ਉਹ ਇਸ ਕਿਸਮ ਦੀ ਕੰਟਰੋਵਰਸੀਆਂ ਕਰਦੀਆਂ ਕਰ ਰਹੇ। ਤੋ ਇਹ ਸਾਡਾ ਥੋੜ੍ਹੀ ਜਿਹੀ ਐਂਗੁਸ਼ ਆ ਟੂਵਰਡਸ ਸਰਦਾਰ ਅਮਰਿੰਦਰ ਸਿੰਘ ਹੂ ਇਜ਼ ਦਾ ਚੀਫ ਮਿਨਿਸਟਰ ਆਫ ਪੰਜਾਬ। ਦੇਖੋ ਜੀ, ਇਹ ਸਾਜਿਸ਼ ਤਾਂ ਹੁਣ ਹੀ ਨੋਜ਼ ਇਟ ਬੈਟਰ ਔਰ ਦਾ ਯੂ ਨੋ ਜਰਨਲਿਸਟ ਸ਼ੁੱਡ ਨੋ, ਦੇ ਸ਼ੁੱਡ ਡਿਗ ਆਊਟ ਕਿਹੜੀ ਸਾਜਿਸ਼ ਹੋ ਸਕਦੀ ਹੈ, ਕਿਹੜੀ ਕੰਸਪੀਰੇਸੀ ਹੋ ਸਕਦੀ, ਕਿਸ ਕਿਹੜਾ ਉਹਨਾਂ ਨੂੰ ਬੈਨੀਫਿਟ ਹੋ ਸਕਦਾ ਹੈ ਇਸ ਕੰਟਰੋਵਰਸੀ 'ਚੋਂ। ਹਾਂਜੀ 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 ਨਹੀਂ, ਉਹ ਇਸ ਤਰ੍ਹਾਂ ਭਾਈ ਸਾਹਿਬ ਜੀ, ਉਸ ਤੋਂ ਪਹਿਲਾਂ ਜਿਹੜਾ ਆਪਣਾ ਹੋਮ ਮਿਨਿਸਟਰ ਹੋਣ ਵਾਲਾ ਹੋਮ ਮਿਨਿਸਟਰ ਰਾਜਨਾਥ ਸਿੰਘ, ਉਹ ਇਹ ਗੱਲ ਕਹਿ ਚੁੱਕਿਆ, ਇਹੀ ਲਫ਼ਜ਼ ਈਡੀਅਮ ਯੂਜ਼ ਕਰ ਚੁੱਕਿਆ ਹਿਮਸੈਲ। ਅੱਜ ਦਾ ਜਿਹੜਾ ਹੋਮ ਮਿਨਿਸਟਰ ਹੈ ਰਾਜਨਾਥ ਸਿੰਘ, ਉਹ ਜੈਨੋਸਾਈਡ ਦਾ ਸਪੈਸੀਫਿਕਲੀ ਉਸਨੇ ਲਫ਼ਜ਼ ਯੂਜ਼ ਕੀਤਾ ਵੀ ਜੈਨੋਸਾਈਡ ਹੋਇਆ ਸਿੱਖਾਂ ਦਾ, ਔਰ ਉਸ ਨੂੰ ਕੁਐਸਚਨ ਕੀਤਾ ਗਿਆ ਉਸ ਗੱਲ ਦੇ ਉੱਤੇ ਔਰ ਉਹਨੇ ਐਡਮਿਟ ਕੀਤਾ ਵੀ ਇਟ ਵਾਜ਼ ਏ ਜੈਨੋਸਾਈਡ। ਕੌਣ ਉਹਨੂੰ ਸੈਲੀਬ੍ਰੇਟ ਕਰਦਾ ਰਿਹਾ, ਕੌਣ ਨਹੀਂ ਕਰ ਰਿਹਾ, ਸਾਡਾ ਫੋਕਸ ਸਿਰਫ ਇਸੇ ਗੱਲ 'ਤੇ ਆ ਵੀ ਇੱਕ ਆਦਮੀ ਆ ਰਿਹਾ, ਨੋਨ ਕੰਟਰੋਵਰਸ਼ਲ ਆਦਮੀ ਆ, ਉਹ ਆਪਣੇ ਇੱਕ ਮਿਸ਼ਨ 'ਤੇ ਆ ਰਿਹਾ ਐਜ਼ ਏ ਡਿਫੈਂਸ ਮਿਨਿਸਟਰ ਆਫ ਦੈਟ ਕੰਟਰੀ। ਦੇਖੋ ਇਹ ਪੋਲੀਟਿਕਸ, ਜਿਸ ਤਰੀਕੇ ਨਾਲ ਵੋਟਾਂ ਪੋਲ ਹੋਈਆਂ, ਵੋਟ ਦੀ ਪੋਲਰਾਈਜੇਸ਼ਨ ਹੋਈ ਆ,
ਇਹ ਹੋ ਸਕਦਾ ਕਿ ਅੱਜ ਉਹ ਹਿੰਦੂ ਵੋਟ ਨੂੰ ਖੁਸ਼ ਕਰਨ ਲਈ ਜਿੱਦਾਂ ਕੰਟਰੋਵਰਸੀ ਬਣ ਗਈ ਹੈ ਉਹ ਇਸ ਦੀ ਅਹਿਮੀਅਤ ਨੂੰ ਵਧਾ ਰਹੇ ਨੇ ਇਸ ਗੱਲ ਦੀ, ਤਾਂ ਕਿ ਉਹ ਲੋਕਾਂ ਨੂੰ ਹਿੰਦੂ ਵੋਟ ਨੂੰ ਜਿਹੜੀ ਉਹਨਾਂ ਨੂੰ ਪੋਲ ਹੋਈ ਆ ਉਹਨੂੰ ਖੁਸ਼ ਕਰ ਸਕਣ। ਮੇਰੀ ਨਹੀਂ, ਇਹ ਤਾਂ ਵੋਟਾਂ ਦੀ ਪੋਲੀਟਿਕਸ ਆ ਨਾ, ਆਰ ਕੰਸਰਨ ਇਜ਼ ਨੋਟ ਦੈਟ। ਇਹ ਤਾਂ ਤੁਸੀਂ ਐਨਾਲਿਸਿਸ ਕਰਨੇ ਆ, ਤੁਸੀਂ ਐਨਾਲਾਈਜ਼ ਕਰਨਾ ਵੀ ਕੀ ਹੋਇਆ ਕੀ ਨਹੀਂ ਹੋਇਆ। ਸਾਡਾ ਕੰਸਰਨ, ਸਾਡਾ ਨਹੀਂ ਨਹੀਂ ਸਾਡਾ ਕੰਸਰਨ ਮਾਫ ਕਰਨਾ, ਪਾਣੀਆਂ ਦਾ ਮਸਲਾ ਸਿਰਫ ਇਕੱਲੇ ਸਿੱਖਾਂ ਦਾ ਨਹੀਂ, ਉਹ ਪੰਜਾਬ ਦਾ ਮਸਲਾ, ਸਾਰੇ ਸਮੁੱਚੇ ਪੰਜਾਬ ਦਾ ਮਸਲਾ। ਜਿਸ ਦਿਨ ਇਸ ਨੇ 2004 'ਚ ਰੈਜ਼ੋਲਿਊਸ਼ਨ ਪਾਸ ਕੀਤਾ ਸੀ, ਯੂਨੈਨੀ ਮਸਲੀ ਹੋਇਆ ਸੀ, ਉਸ ਦੇ ਵਿੱਚ ਕਿਸੇ ਨੇ ਡਾਇਸੈਂਟ ਨਹੀਂ ਸੀ ਦਿੱਤਾ, ਸਾਰਿਆਂ ਨੇ, ਵਿੱਚੇ ਹਿੰਦੂ, ਵਿੱਚੇ ਸਿੱਖ, ਵਿੱਚੇ ਈਸਾਈ, ਵਿੱਚੇ ਮੁਸਲਮਾਨ, ਸਾਰੇ ਵਿੱਚ ਸੀ। ਤੋ ਪਾਣੀਆਂ ਦਾ ਮਸਲਾ ਡੱਬ ਨਾ ਕਰੋ ਵੀ ਸਿੱਖਾਂ ਦਾ ਮਸਲਾ, ਪਾਣੀ ਦਾ ਮਸਲਾ ਪੰਜਾਬ ਦਾ ਮਸਲਾ। ਮੇਰੇ ਖਿਆਲ ਇਹ ਜਿਹੜੀ ਭਾਅ ਜੀ ਨੇ ਗੱਲ ਕੀਤੀ ਹੈ ਨਾ ਜੀ, ਇਹਨੂੰ ਸਾਨੂੰ ਬੜੀ ਗੰਭੀਰਤਾ ਨਾਲ ਲੈਣਾ ਪੈਣਾ ਹੈ। ਇਹ ਗੱਲ ਇੰਟੂਰੀਓ ਦੀ ਇਕੱਲੀ ਨਹੀਂ ਰਹਿ ਗਈ, ਅੱਗੇ ਕਨੇਡਾ ਦੀ ਪਾਰਲੀਮੈਂਟ ਜਿਸ ਤਰ੍ਹਾਂ ਉਹਨਾਂ ਨੇ ਕਿਹਾ, ਹੋ ਸਕਦਾ ਇਹ ਵਰਲਡ ਦੀਆਂ ਪਾਰਲੀਮੈਂਟ 'ਚ ਇਹ ਗੱਲ ਘੁੰਮੇ ਹੋਣ, ਕਿਉਂਕਿ ਗੱਲ ਤਾਂ ਬੜੀ ਛੋਟੀ ਜੀ ਆ ਵੀ 1984 'ਚ ਦੰਗੇ ਹੋਏ ਸੀ ਕਿ ਜੈਨੋਸਾਈਡ ਹੋਈ ਸੀ, ਇਹਨਾਂ ਦਾ ਆਪਣਾ ਹੋਮ ਮਿਨਿਸਟਰ ਕਹਿੰਦਾ ਜੈਨੋਸਾਈਡ ਹੋਈ। ਜੇ ਦੁਨੀਆ ਦੇ ਲੈਵਲ 'ਤੇ ਜੈਨੋਸਾਈਡ ਦੀ ਗੱਲ ਆ ਜਾਂਦੀ ਆ ਤਾਂ ਕਿੱਥੇ ਨਮੋਸ਼ੀ ਦਾ ਫੇਸ ਕਰਨਗੇ। ਇਹ ਪ੍ਰੀਐਮਪਟ ਕਰ ਰਹੇ ਨੇ ਵੀ ਇਹਨੂੰ ਇੱਕ ਆਦਮੀ ਨੂੰ ਸਨੈਪ ਕਰਾਂਗੇ ਅਤੇ ਬਾਕੀ ਦੇ ਸ਼ਾਇਦ ਕੰਟਰੀ ਇਸ ਗੱਲ ਨੂੰ ਨਾ ਚੁੱਕਣ। ਲੇਕਿਨ ਹੁਣ ਦੁਨੀਆ ਦੇ ਹਰ ਕੋਨੇ ਕੋਨੇ 'ਤੇ ਇਹ ਗੱਲ ਪਹੁੰਚ ਗਈ ਹੈ ਵੀ ਸਿੱਖਾਂ ਨਾਲ ਜੈਨੋਸਾਈਡ ਹੋਈ, ਜੈਨੋਸਾਈਡ ਹੋਈ, ਜੈਨੋਸਾਈਡ ਹੋਈ, ਉਹਨੂੰ ਪ੍ਰੀਐਮਪਟ ਕਰ ਰਹੇ, ਭਾਵੇਂ ਉਹ ਸ਼ਕਲ ਭਾਵੇਂ ਕਾਂਗਰਸ ਦੀ ਹੋਵੇ, ਕਾਂਗਰਸ 'ਤੇ ਜ਼ਿਆਦਾ ਅਟੈਕ ਕਰਦਾ। ਲੇਕਿਨ ਬਾਕੀ ਦੀਆਂ ਜਿਹੜੀਆਂ ਉਸ ਰੂਲਿੰਗ ਪਾਰਟੀ ਉਹਨਾਂ 'ਤੇ ਵੀ ਇਹ ਨਜ਼ਲਾ ਗਿਰਨਾ ਹੀ ਆ ਵੀ 35-36 ਸਾਲ ਹੋ ਗਏ, ਤੁਹਾਡਾ ਇਨਸਾਫ ਜਿਹੜਾ ਸਿਸਟਮ ਹੈ ਉਹ ਟੋਟਲੀ ਕੋਲੈਪਸ ਹੋਇਆ ਪਿਆ, ਤੁਸੀਂ ਇੰਨੀ ਵੱਡੀ ਕਤਲੇਆਮ ਹੋਈ ਉਹਦਾ, ਜਾਂ ਤੁਹਾਡੇ ਦੋ ਬੰਦੇ ਕੈਦ ਨਹੀਂ ਹੋਏ, ਤੁਸੀਂ ਅਜੇ ਵੀ ਉਹਨਾਂ ਨੂੰ ਰੋਇਟਸ ਕਹੀ ਜਾਂਦੇ ਆ। ਦੁਨੀਆ ਕਹਿਣ ਲੱਗ ਪਈ ਉਹ ਜੈਨੋਸਾਈਡ ਹੈ। ਸੋ ਇਹਦੀ ਗੱਲ ਜਿਹੜੀ ਹੈ ਨਿੱਕੀ ਜਿਹੀ ਗੱਲ ਨਹੀਂ, ਇਹ ਅਮਰਿੰਦਰ ਸਿੰਘ ਕੋ ਗਵਰਨਮੈਂਟ ਆਫ ਇੰਡੀਆ ਔਰ ਏਜੰਸੀਆਂ ਨੇ ਇਹ ਗੱਲ ਕਵਾਈ ਹੈ ਵੀ ਤੂੰ ਇਹ ਜਿਹੜੀ ਹੈਗੀ ਆ ਇਹ ਪ੍ਰੋਪੋਜੀਸ਼ਨ ਅੱਗੇ ਕਰ, ਤਾਂ ਕਿ ਰੌਲਾ ਹੁਣੇ ਪਾ ਦਿੱਤਾ ਜਾਏ। ਹੁਣ ਇਹਨੂੰ ਫੇਸ ਨਹੀਂ ਤਾਂ ਅਮਰਿੰਦਰ ਸਿੰਘ ਨੂੰ ਕੀ ਲੋੜ ਸੀ ਇਹਦੀ ਗੱਲ ਕਰਨ ਦੀ, ਉਹਦਾ ਸਟੇਟਸ ਕੀ ਹੈ ਚੀਫ ਮਿਨਿਸਟਰ ਦੇ ਤੌਰ 'ਤੇ, ਇੰਟਰਨੈਸ਼ਨਲ ਕਮਿਊਨਿਟੀ 'ਤੇ ਇੱਕ ਡਿਫੈਂਸ ਮਿਨਿਸਟਰ ਦੀ ਬਨਿਸਬਤ ਇਹਦਾ ਸਟੇਟਸ ਕੀ ਹੈ, ਜ਼ੀਰੋ ਹੈ। ਉਹ ਡਿਪਲੋਮੈਟਿਕ ਸਿਸਟਮ 'ਚ ਆ ਰਿਹਾ, ਡਿਪਲੋਮੈਟਿਕ ਸਿਸਟਮ 'ਚ ਜਾ ਰਿਹਾ ਹੈ। ਅਮਰਿੰਦਰ ਸਿੰਘ ਨੂੰ ਉਹਨੂੰ ਕਿਹਾ ਨਹੀਂ ਵੀ ਮੈਂ ਮਿਲਣਾ, ਪ੍ਰੋਟੋਕੋਲ ਦੇ ਤੌਰ 'ਤੇ ਉਹਦੀ ਪੁਜੀਸ਼ਨ ਬਹੁਤ ਵੱਡੀ ਹੈ, ਇਹ ਉਹਨੂੰ ਮਿਲ ਲੇ ਚਾਹੇ ਨਾ ਮਿਲੇ ਉਹਨੇ ਤਾਂ ਇਹਦੇ ਘਰ ਨਹੀਂ ਮਿਲ ਜਾਣਾ। ਸੋ ਇਹ ਕੰਟਰੋਵਰਸੀ ਰੇਜ ਕਰਨ ਦੀ ਕੀ ਲੋੜ ਸੀ ਵੀ ਮੈਂ ਉਹਨੂੰ ਨਹੀਂ ਮਿਲਣਾ ਨਾ ਮਿਲੇ, ਉਹਨੂੰ ਕਿਹਾ ਗਿਆ, ਉਹਨੇ ਤੋਂ ਕਿਹਾ ਵੀ ਮੈਨੂੰ ਮਿਲ, ਸਾਰੀ ਸਿੱਖ ਖਾਸ ਕਰਕੇ ਆਵਾਮ ਜਿਹੜਾ ਉਹਦੇ ਮਗਰ ਇਕੱਠਾ ਹੋ ਗਿਆ। ਇਹ ਤਾਂ ਜੀ ਨਹੀਂ ਗਾਂਧੀ ਪਰਿਵਾਰ ਦਾ ਨਹੀਂ, ਇਹਦੇ 'ਚ ਗਵਰਨਮੈਂਟ ਆਫ ਇੰਡੀਆ ਦਾ ਵੀ ਹੈਗਾ ਜੀ, ਏਜੰਸੀਆਂ ਜਿਹੜੀਆਂ ਗਾਂਧੀ ਪਰਿਵਾਰ ਦੀਆਂ ਥੋੜ੍ਹੀਆਂ ਹੈਗੀਆਂ ਨੇ, ਏਜੰਸੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਨੇ। ਇੰਡੀਆ ਦੇ ਸਿਸਟਮ 'ਚ ਨੀਤੀ ਆ, ਇਹ ਉਦੋਂ ਵੀ ਉਹਨਾਂ ਦੀ ਨੀਤੀ ਸੀ, ਅੱਜ ਵੀ ਉਹਨਾਂ ਦੀ ਨੀਤੀ ਆ। ਇੱਕ ਸਿੱਖ ਦੇ ਕੋਲੋਂ ਇੱਕ ਸਿੱਖ ਨੂੰ ਗਾਲਾਂ ਕਢਾਈ ਜਾਓ, ਇੱਕ ਸਿੱਖ ਦੂਜੇ ਸਿੱਖ ਨੂੰ ਗਾਲਾਂ ਕੱਢ ਰਿਹਾ, ਇਸ ਤੋਂ ਬੈਸਟ ਹਿੰਦੁਸਤਾਨ ਦੀ ਨੀਤੀ ਕੀ ਹੋ ਸਕਦੀ ਆ। ਅਜੇ ਉਹ ਜਿਹੜੀ ਪ੍ਰੋਪੋਜੀਸ਼ਨ ਫਿਰ ਜਿਹੜੀ ਰੇਕਅਪ ਹੋ ਰਹੀ ਹੈ ਵੀ ਕਰੀਕਸ਼ਾ ਦਾ ਜਿਹੜਾ ਸੀ ਜਿਹੜਾ ਕ੍ਰੈਸ਼ਿੰਗ ਕਰਾਈਏ ਗਵਰਨਮੈਂਟ ਆਫ ਇੰਡੀਆ ਨੇ ਕਰਾਈਏ, ਅਤੇ ਇਹਦਾ ਮਤਲਬ ਜੇ ਐਡੀ ਵੱਡੀ ਘਟੀਆ ਕਰਤੱਵ ਕਰ ਸਕਦੀ ਗਵਰਨਮੈਂਟ ਆਫ ਇੰਡੀਆ ਵੀ ਆਪਣੇ ਹੀ ਜਿਹੜੇ ਹੈ ਆਪਣੇ ਹਵਾਈ ਜਹਾਜ਼ ਨੂੰ ਕ੍ਰੈਸ਼ ਕਰਾ ਸਕਦੀ ਹੈ, ਇੰਨੀ ਵੱਡੀ ਤਰ੍ਹਾਂ 'ਤੇ ਲੋਕ ਮਾਰ ਸਕਦੀ ਹੈ, ਨਾ ਸਿਰਫ ਅਤੇ ਸਿਰਫ ਸਿੱਖਾਂ 'ਤੇ ਲਾਉਣਾ ਸੀ, ਮੂਵਮੈਂਟ ਉਦੋਂ ਤੇਜ਼ ਸੀ, ਅਤੇ ਇਹੋ ਜਿਹੀ ਘਟੀਆ ਕੰਮ ਜਿਹੜੀ ਹੁਣ ਜਿਹੜੀ ਅਮਰਿੰਦਰ ਸਿੰਘ ਕੋ ਕਰਾ ਦਿੱਤੀ ਹੈ, ਇਹ ਇੰਨਾ ਕਮਲਾ ਨਿਕਲਿਆ ਵੀ ਇਹਨੇ ਫਜ਼ੂਲ ਗੱਲ ਜਿਹੜੀ ਕਿ ਇਹਦੇ ਅਧਿਕਾਰ 'ਚ ਵੀ ਨਹੀਂ ਸੀ ਇਹਨੇ ਕਰਕੇ ਚੁੱਕ ਕਰ ਸਾਰੀ ਸਿਸਟਮ ਨੂੰ ਹੀ ਜਿਹੜਾ ਹੈ ਇਨਕਾਰਾ ਕਰ ਦਿੱਤਾ। ਇੰਟਰਨੈਸ਼ਨਲ ਕਮਿਊਨਿਟੀ 'ਚ ਹੁਣ ਦਵੇ ਉਹਨਾਂ ਦੇ ਇੱਕ ਚੀਫ ਮਿਨਿਸਟਰ ਜਿਹੜਾ ਉਹ ਇਟ ਇਜ਼ ਏ ਡਿਸਗ੍ਰੇਸ ਟੂ ਕਨੇਡਾ। ਇੱਕ ਗੱਲ ਜਾਂ ਹੋਰ ਹੈ, ਇੱਕ ਮੈਂ ਸਮਝਦਾ ਵੀ ਕੈਪਟਨ ਸਾਹਿਬ ਜਿਹੜਾ ਉਹਨਾਂ 'ਤੇ ਦੋਸ਼ ਲਾ ਰਹੇ ਨੇ ਇੱਕ ਖਾਲਿਸਤਾਨੀ ਦਾ, ਉਹ ਦੁਬਾਰ ਬਾਰ ਇਹ ਗੱਲ ਕਹਿ ਰਹੇ ਨੇ ਵੀ ਇਹ ਖਾਲਿਸਤਾਨੀ ਸਿੰਪਥਾਈਜ਼ਰ ਹੈ, ਇਹ ਖਾਲਿਸਤਾਨ ਨੂੰ। ਮੈਨੂੰ ਇਹ ਦੱਸੋ ਕਿ ਕੈਨੇਡਾ ਦੀ ਸੁਸਾਇਟੀ, ਕੈਨੇਡਾ ਦੇ ਵਿੱਚ ਉਹਨਾਂ ਨੇ ਦੋ ਵਾਰ ਕਿਊਬਕ ਨੂੰ ਰੈਫਰੈਂਡਮ ਦਾ ਰਾਈਟ ਦਿੱਤਾ, ਖਾਲਿਸਤਾਨ ਕੀ ਹੈ,
ਖਾਲਸਾ ਨੇ ਇਹੀ ਗੱਲ ਆ ਨਾ ਕਿ ਪੰਜਾਬ ਦੇ ਲੋਕ, ਕੁਛ ਲੋਕ ਇਹ ਗੱਲ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਸੈਲਫ ਡਿਟਰਮੀਨੇਸ਼ਨ ਰੈਫਰੈਂਡਮ ਦਾ ਰਾਈਟ ਹੋਵੇ ਅਤੇ ਇੱਕ ਅਸੀਂ ਵੱਖਰਾ ਸੋਵਰਨ ਸਟੇਟ ਬਣਾਉਣਾ ਚਾਹੁੰਦੇ ਹਾਂ। ਅਗਰ ਕੈਨੇਡਾ ਦੀ ਸੁਸਾਇਟੀ, ਕੈਨੇਡਾ ਦੀ ਗੌਰਮੈਂਟ ਲੀਗਲੀ ਤੌਰ 'ਤੇ ਉੱਥੋਂ ਦੇ ਲੋਕਾਂ ਨੂੰ, ਉੱਥੋਂ ਦੀ ਇੱਕ ਸਟੇਟ ਨੂੰ ਦੋ ਵਾਰ ਰੈਫਰੈਂਡਮ ਦਾ ਰਾਈਟ ਦੇ ਸਕਦੀ ਹੈ, ਅਤੇ ਕੀ ਗੱਲ ਉਹਨਾਂ ਨੇ ਖਾਲਿਸਤਾਨ ਦੇ ਲਈ ਹਿਊਮਨ ਰਾਈਟ ਬੇਸਡ ਕੋਈ ਵੀ ਆਪਣੀ ਕੋਈ ਓਪੀਨੀਅਨ ਰੱਖਣਾ ਜਾਂ ਉਹਨਾਂ ਦੇ ਉਹ ਕਿਉਂ ਰੱਖਣ, ਮਤਲਬ ਇਸ ਗੱਲ ਦੇ ਲਈ, ਅਤੇ ਇਹਨਾਂ ਦਾ ਕੀ ਬੇਸ ਹੈ ਕਿ ਉਹਨਾਂ ਨੂੰ ਇਹ ਗੱਲ ਕਹਿ ਕੇ ਕਿ ਖਾਲਿਸਤਾਨ ਦੇ ਸਿੰਪਥਾਈਜ਼ਰ ਹੈ, ਇਸ ਕਰਕੇ ਅਸੀਂ ਮੈਂ ਇਹਦੇ ਨਾਲ ਗੱਲ ਨਹੀਂ ਕਰ ਸਕਦਾ ਜਾਂ ਮੈਂ ਇਹਦੇ ਨਾਲ ਇੱਥੇ ਗੱਲ ਨਹੀਂ ਕਰਨੀ ਚਾਹੁੰਦਾ, ਜਦੋਂ ਕਿ ਪਿੱਛੇ ਉਹਦੇ ਗਰਜਾ ਜਿਹੜੀ ਉਹ ਹੋਰ ਹੈ ਉਹ ਆਪਣੀ। ਅਸੀਂ ਕਹਿੰਦੇ ਉਹ ਸਿੱਧੀ ਇਹ ਗੱਲ ਕਹੇ ਕਿ ਮੈਨੂੰ ਇਹਨਾਂ ਨੇ ਜਾਣ ਨਹੀਂ ਦਿੱਤਾ, ਇਹਨਾਂ ਦਾ ਲਾਫ ਲਾਈਨ ਇਹਨਾਂ ਨੂੰ ਚੇਂਜ ਕਰਨਾ ਚਾਹੀਦਾ ਆਪਣਾ, ਉਹ ਇਹ ਗੱਲ ਨਾ ਕਹੇ ਕਿ ਇਹ ਖਾਲਿਸਤਾਨ ਸਿੰਪਥਾਈਜ਼ਰ ਹੈ ਅਤੇ ਇਸ ਕਰਕੇ ਮੈਂ ਉਹਨੂੰ ਮਿਲਣਾ ਨਹੀਂ ਚਾਹੁੰਦਾ। ਉਹਨਾਂ ਨੇ ਤਾਂ ਰਾਈਟ ਦਿੱਤਾ ਹੋਇਆ ਕਿਊਬਕ ਦਾ, ਉਹ ਤਾਂ ਸੁਸਾਇਟੀ ਇੰਨੀ ਹਾਈ ਮੋਰਲ ਸੁਸਾਇਟੀ ਹੈ ਕਿ ਉਹਨਾਂ ਨੇ ਜੇ ਉਹਨਾਂ ਦੀ ਇੱਕ ਸਟੇਟ ਨੇ ਰਾਈਟ ਮੰਗਿਆ ਰੈਫਰੈਂਡਮ ਦਾ, ਉਹਨਾਂ ਨੇ ਰਾਈਟ ਦੇ ਦਿੱਤਾ ਉਹਨਾਂ ਨੂੰ। ਹਾਂਜੀ ਕੀ ਕੌਣ ਸੈਲੀਬ੍ਰੇਟ? ਨਹੀਂ ਦੇਖੋ, ਜਦੋਂ ਤੁਸੀਂ ਇਹ ਨਹੀਂ ਕਹਿ ਸਕਦੇ, ਇਹ ਤਾਂ ਇੱਕ ਇਸ਼ੂਜ਼ ਨੇ, ਕਦੋਂ ਕੋਈ ਕਿਸੇ ਇਸ਼ੂਜ਼ ਦੇ ਉੱਤੇ ਕੋਈ ਸਟੈਂਡ ਲੈਂਦਾ ਅਤੇ ਜਿਹੜੀਆਂ ਵੱਖਰੀਆਂ ਜਥੇਬੰਦੀਆਂ ਨੇ ਉਹਨਾਂ ਦਾ ਕੀ ਸਟੈਂਡ ਹੋ ਸਕਦਾ, ਮਤਲਬ ਤੁਸੀਂ ਐਵਰੀ ਟਾਈਮ ਨਹੀਂ ਇਹ ਗੱਲ ਕਹਿ ਸਕਦੇ ਕਿ ਕੱਲ੍ਹ ਉਹਦਾ ਸਟੈਂਡ ਚੰਗਾ ਨਹੀਂ ਸੀ, ਅੱਜ ਉਹਦਾ ਸਟੈਂਡ ਚੰਗਾ, ਜਾਂ ਅੱਜ ਉਹਦਾ ਸਟੈਂਡ ਚੰਗਾ ਕੱਲ੍ਹ ਨੂੰ ਮਾੜਾ ਹੋ ਸਕਦਾ। ਉਹ ਨਹੀਂ, ਉਹ ਇਸ ਤਰ੍ਹਾਂ ਦੀ ਗੱਲ ਆਪਾਂ ਇੱਦਾਂ ਨਹੀਂ ਕਹਿ ਸਕਦੇ। ਜਿਸ ਤਰ੍ਹਾਂ ਪ੍ਰੀ ਪਾਰਟੀਸ਼ਨ ਦੇਸ਼ ਦੇ ਵਿੱਚ ਜਦੋਂ ਇੰਡੀਆ, ਬੇਸਿਕ ਗੱਲ ਸਾਡੀ ਇਹ ਹੈ ਜਦੋਂ ਉਹ ਵਿਰੋਧੀ ਧਿਰ ਦੇ ਵਿੱਚ ਹੁੰਦਾ, ਹਮੇਸ਼ਾ ਜਦੋਂ ਕੋਈ ਵਿਰੋਧੀ ਧਿਰ ਦੇ ਵਿੱਚ ਹੁੰਦਾ ਤਾਂ ਉਹਦੇ ਲਈ ਅਪਰੋਚ ਆ ਜਿਹੜੀ ਵੱਖਰੀ ਹੁੰਦੀ ਆ। ਤੁਸੀਂ ਇਹ ਦੱਸੋ ਉਹਦੇ ਚੋਣਾਂ ਦੇ ਵਿੱਚ ਕਸ਼ਮੀਰ ਦੇ ਵਿੱਚ ਜੋ ਹੋ ਰਿਹਾ ਸੀਗਾ, ਕੈਪਟਨ ਨੇ ਕਿੰਨੀ ਵਾਰ ਉਹਦੇ ਬਾਰੇ ਕੀ ਕੁਛ ਲਿਖਿਆ ਉਹਨਾਂ ਕਸ਼ਮੀਰੀਆਂ ਬਾਰੇ? ਉਹਨੇ ਕਿਹਾ ਕਿ ਆਈ ਸਟੈਂਡ ਵਿਦ ਆਰਮੀ, ਹਮੇਸ਼ਾ ਹੀ ਕਿੰਨੀ ਆਰਮੀ ਨੇ ਉੱਥੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਕੀਤੀ, ਔਰ ਅਸੀਂ ਕੰਡੈਮ ਕੀਤਾ, ਸਾਡੀਆਂ ਸਟੇਟਮੈਂਟਾਂ ਲੱਗੀਆਂ ਨੇ ਇਸ ਗੱਲ ਦੇ ਉੱਤੇ, ਇਸ ਗੱਲ 'ਤੇ ਅਸੀਂ ਕਦੇ ਵੀ ਇਸ ਗੱਲ ਨੂੰ ਰੋਟ ਐਨ ਆਰਟੀਕਲ ਦੇਖਣਾ ਚਾਹੁੰਦੀਆਂ ਨੇ ਸਿੱਖਾਂ ਨੂੰ, ਅਸੀਂ ਇਹਨਾਂ ਦੇ ਪ੍ਰਤੀ ਕੰਮ ਕਰਨਾ, ਆਪਸ 'ਚ ਕੰਮ ਕਰਨਾ ਇੱਕ ਦੂਜੇ ਦੇ ਉੱਪਰ। Thank you.